ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੀ, ਅਸੀਂ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਨਾਲ ਸ਼ਬਦ ਦੀ ਕੰਪੋਜੀਸ਼ਨ ਦਾ ਪਰਮੇਸ਼ੁਰ ਕਿਰਪਾ ਨਾਲ ਜੋ ਬਣ ਰਿਹਾ ਹੈ ਆਪਦੇ ਪੇਟਾ ਹੈ ਜੀ। ਅਤੇ ਹੁਣ ਸ਼ਬਦ ਹੈ, ਚਰਨ ਕਮਲ ਪ੍ਰਭ ਹਿਰਦੈ ਧਿਆਏ, ਰੋਗ ਗਏ ਸਗਲੇ ਸੁਖ ਪਾਏ। ਅਤੇ ਇਸ ਦੇ ਵਿੱਚ ਸੁਰਾਂ ਭਾਵੇਂ ਪੰਚੇ ਹਨ, ਪਰ ਇਸ ਵਿੱਚ ਜੋ ਤਰੀਕਾ ਹੈ ਉਹ ਬਹੁਤ ਹੀ ਮਤਲਬ ਸਿੱਧਾ ਸਿੱਧਾ ਹੈ, ਕੋਈ ਵੀ ਆਰਾਮ ਨਾਲ ਇਸਨੂੰ ਫੋਲੋ ਕਰ ਸਕਦਾ ਹੈ। ਅਤੇ ਆਓ ਕਰੋ ਕਿਰਪਾ ਸਾਧ ਸਿੰਘ ਜੀ ਦਿਵਾਂਗੇ, ਇਸਨੂੰ ਤਾਲ ਦੇ ਨਾਲ ਵੇਖਾਂਗੇ ਅਤੇ ਨਾਲੇ ਇੱਥੇ ਸੁਰਾਂ ਵੀ ਦੇਖਾਂਗੇ। ਪਹਿਲੇ ਛੋਟਾ ਛੋਟਾ ਗਾਇਨ ਕਰਕੇ ਫਿਰ ਹੌਲੀ ਹੌਲੀ ਸੁਰਾਂ ਦੇਖਦੇ ਹਾਂ। ਪ੍ਰਭ ਹਿਰਦੈ ਤੇ ਆਏ, ਚਰਨ ਕਮਲ ਪ੍ਰਭ ਹਿਰਦੈ ਤੇ ਆਏ। ਦੇਖੋ, ਚਰਨ ਕਮਲ, ਚਰਨ ਕਮਲ ਪ੍ਰਭ ਹਿਰਦੈ ਤੇ ਆਏ। ਠੀਕ ਹੈ, ਚਰਨ ਕਮਲ ਪ੍ਰਭ ਹਿਰਦੈ ਤੇ ਆਏ। ਸਗਲੇ ਸੁਖ ਪਾਏ, ਰੋਗ ਗਏ ਇੱਥੇ ਸਗਲੇ ਸੁਖ ਪਾਏ। ਠੀਕ ਹੈ ਜੀ, ਚਰਨ ਕਮਲ ਪ੍ਰਭ ਹਿਰਦੈ ਤੇ ਆਏ, ਚਰਨ ਕਮਲ ਪ੍ਰਭ ਹਿਰਦੈ ਤੇ ਆਏ। ਰੋਗ ਗਏ ਸਗਲੇ ਸੁਖ ਪਾਏ, ਰੋਗ ਗਏ ਸਗਲੇ ਸੁਖ ਪਾਏ। ਹੁਣ ਦੇਖਦੇ ਅੰਦਰਾਂ, ਗੁਰ ਦੁੱਖ ਕਾਟਿਆ ਦੀਨੋ ਦਾਨ, ਗੁਰ ਦੁੱਖ ਕਾਟਿਆ ਦੀਨੋ ਦਾਨ। ਸਿਰਫ ਆ ਤਿੰਨ ਸੁਰਾਂ ਦੇ ਵਿੱਚ ਹੈ ਅੰਤਰਾਪੁਰ। ਗੁਰ ਦੁੱਖ ਕਾਟਿਆ ਦੀਨੋ ਦਾਨ, ਗੁਰ ਦੁੱਖ ਕਾਟਿਆ ਦੀਨੋ ਦਾਨ, ਸਫਲ ਜਨਮ ਜੀਵਨ ਪਰਵਾਨ, ਸਫਲ ਜਨਮ ਜੀਵਨ ਪਰਵਾਨ। ਇਸਨੂੰ ਦੇਖ ਲਓ, ਸਫਲ ਜਨਮ ਜੀਵਨ ਪਰਵਾਨ, ਸਫਲ ਜਨਮ ਜੀਵਨ ਪਰਵਾਨ। ਠੀਕ ਹੈ, ਸਫਲ ਜਨਮ ਜੀਵਨ ਪਰਵਾਨ, ਚਰਨ ਕਮਲ ਪ੍ਰਭ ਹਿਰਦੈ ਤੇ ਆਏ, ਚਰਨ ਕਮਲ ਪ੍ਰਭ ਹਿਰਦੈ ਤੇ ਆਏ। ਰੋਗ ਗਏ ਸਗਲੇ ਸੁਖ ਪਾਏ, ਰੋਗ ਗਏ ਸਗਲੇ ਸੁਖ ਪਾਏ। ਮਿਊਜ਼ਿਕ ਵੀ ਸਾ ਪੈਦਾ ਦੇ ਸਕਦੇ ਆਪ। ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ, ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ। ਠੀਕ ਹੈ, ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ, ਅਕਥ ਕਥਾ ਅੰਮ੍ਰਿਤ ਪ੍ਰਭ ਬਾਣੀ। ਕਹੋ ਨਾਨਕ ਜਪ ਜੀਵੈ ਗਿਆਨੀ, ਕਹੋ ਨਾਨਕ ਜਪ ਜੀਵੈ ਗਿਆਨੀ। ਕਿੱਦਾਂ ਹੈਗਾ, ਕਹੋ ਨਾਨਕ ਜਪ, ਇੱਥੇ ਜਪ ਜੀਵੈ ਗਿਆਨੀ। ਠੀਕ ਹੈ,
कहो नानक जप जीवे ज्ञानी, कहो नानक जप जीवे ज्ञानी, चरण कमल प्रभ हृदय ते आए, चरण कमल प्रभ हृदय ते आए, रोग गए सगले सुख पाए, रोग गए सगले सुख पाए। फिर जिदा अखीर बच्चे ऐदा तीन बारी बोलना है, रोग गए सगले सुख पाए, रोग गए सगले सुख पाए, रोग गए सगले सुख पाए। आखिर किदा रोग गए सगले सुख पाए। वाहेगुरु। इस तरह आप बहुत ही आसानी नाल इसनू जड़े नवे भी गुरु प्यारे जिन्होंने कदे हारमोनीयम ते हाथ भी नहीं रखे, थोड़ा बहुत ताल दा उन्होंने जे आइडिया होएगा तो यह शब्द बड़े आसानी नाल आप पढ़ सकते हैं। तो सतसंग जी, आप सब का कोटि कोटि धन्यवाद है जो सबसक्राइब कर रहे हो, तो जिहड़े जिन्हां ने नहीं किया उन्हां दा भी कोटि कोटि धन्यवाद है जो इस चैनल पर आपने कृपा की है, आप पधारे हो। तो आप सब कृपा करनी कि इसनों वध वध शेयर कर सको, जिहड़े अपने होर भी गुरु प्यारे हैं जिन्हां दे छोटे छोटे बच्चे या जिहड़े नवें गुरु प्यारे हैं उन्होंने जो सीखण दा जिन्हां नूं चाह है उन्हां तक पहुँच सके। दिओ सजणा सीसड़ियां जो है साहिब सिमेल। वाहिगुरु जी का खालसा, वाहिगुरु जी की फतेह।